ਹੈਲੋ ਜੀ, ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਜਿਸਦਾ ਨਾਮ ਹੈ ਰੀਤ ਵਲੋਗ। ਸੋ ਗਾਈਜ਼, ਫਸਟ ਆਫ ਆਲ ਹੈਪੀ ਨਿਊ ਈਅਰ ਟੂ ਈਚ ਐਂਡ ਐਵਰੀ ਵਨ ਆਫ ਯੂ। ਜੋ ਵੀ ਮੇਰੀ ਇਹ ਵੀਡੀਓ ਦੇਖ ਰਹੇ ਹਾਂ, ਜੋ ਨਹੀਂ ਵੀ ਦੇਖ ਰਹੇ ਹਾਂ, ਉਨਕੋ ਵੀ ਹੈਪੀ ਨਿਊ ਈਅਰ। ਆਜ ਹੈ 1st January ਔਰ 1st January ਵਾਲੇ ਦਿਨ ਇਹ ਮੇਰੀ ਵੀਡੀਓ ਆਪ ਲੋਗੋਂ ਕੇ ਲੀਏ, ਸਿਰਫ ਔਰ ਸਿਰਫ ਆਪ ਲੋਗੋਂ ਕੇ ਲੀਏ। ਮੈਂ ਚਾਹਤੀ ਹੂੰ ਕਿ ਯੇ ਜੋ ਨਯਾ ਸਾਲ ਆਇਆ ਹੈ, ਹਮ ਸਭ ਕੇ ਲੀਏ ਬਹੁਤ ਹੀ ਅੱਛਾ ਜਾਏ, ਸਪੈਸ਼ਲੀ ਆਪ ਲੋਗੋਂ ਕੇ ਲੀਏ ਵੀ। ਆਪਕੇ ਜੋ ਵੀ ਕੋਈ ਕਾਮ ਰੁਕੇ ਹੋਏ ਹੈ ਜਾਂ ਨਹੀਂ ਵੀ ਹੈ, ਜੋ ਵੀ ਆਪ ਕੁਛ ਨਿਊ ਸਟਾਰਟ ਕਰਨਾ ਚਾਹਤੇ ਹੋ, ਸਭ ਕਾ ਬਹੁਤ ਬਹੁਤ ਸਕਸੈਸਫੁਲ ਹੋ, ਬਹੁਤ ਜ਼ਿਆਦਾ ਖੁਸ਼ ਰਹੋ ਆਪ ਲੋਗ, ਨਿਊ ਚੀਜ਼ੇ ਹਾਸਿਲ ਕਰੋ ਔਰ ਇਹ ਨਯਾ ਸਾਲ ਮੈਂ ਕੁਛ ਐਸਾ ਅਚੀਵ ਕਰੇ ਹਮ ਜੋ ਪਿਛਲੇ ਸਾਲ ਮੈਂ ਰਹਿ ਗਿਆ ਹੈ, ਕੁਛ ਚੀਜ਼ਾਂ ਜੋ ਅਧੂਰੀ ਰਹਿ ਗਈਆਂ ਵੋ ਇਸ ਸਾਲ ਕੰਪਲੀਟ ਹੋ ਜਾਏ, ਕੁਛ ਨਿਊ ਸ਼ੁਰੂ ਕਰਨਾ ਚਾਹਤੇ ਹੋ ਵੋ ਕੰਪਲੀਟ ਹੋ ਜਾਏ ਆਪਕਾ, ਔਰ ਆਪਣੀ ਸਿਹਤ ਅੱਛੀ ਰਹੇ, ਖੁਸ਼ ਰਹੇ, ਹਮ ਆਸ ਪਾਸ ਖੁਸ਼ ਰੱਖੇ ਸਭਕੋ। ਤੋ ਮੈਂ ਇਹੀ ਉਮੀਦ ਕਰਤੀ ਹੂੰ ਕਿ ਹਮ ਸਭਕਾ ਜੋ ਨਿਊ ਈਅਰ ਹੈ ਉਸਮੇ ਹਮ ਲੋਗ ਸਕਸੈਸ ਹਾਸਿਲ ਕਰੇ ਐਂਡ ਖੂਬ ਸਾਰੇ ਪੈਸੇ ਕਮਾਏ। ਔਫਕੋਰਸ ਸਭ ਕੁਛ ਚਾਹੀਏ ਹੋਤੇ ਹੈ, ਠੀਕ ਹੈ। तो मेरी तरफ से आप सबको हैप्पी न्यू ईयर टू ईच एंड एवरी वन ऑफ यू। एंड ऑल्सो गुरु गोविंद सिंह जी का बर्थडे है, सो दैट इज़ वाई हैप्पी गुरपुरब ऑल्सो टू ईच एंड एवरी वन ऑफ यू। एंड आज के दिन मैं आप लोगों के लिए, अपने लिए भी, हम सबके लिए, मेरी फैमिली के लिए भी, हमारी गली में आ रहा है नगर कीर्तन। तो अगर आप लोगों में से किसी ने नहीं देखा है कि नगर कीर्तन क्या होता है, मैं आपको दिखाती हूँ। उसमें मैं आप सबके लिए, आइए भगवान को जो है हम मत्था टेकते हैं, उनसे न्यू ईयर की शुरुआत करते हैं, उनको प्रे करके न्यू ईयर की शुरुआत करते हैं कि हमारे सब काम जो हैं इस साल कंप्लीट हो जाएं, बन जाएं और हम न्यू चीज़ें जो हैं हासिल करें। तो मैं आपको दिखाऊंगी नगर कीर्तन और आप भी मेरे साथ जो है प्लीज़ वीडियो को बंद मत करना, ज़रूर जो है दर्शन करके जाओ। Thank you.